ਪਾਜੀ ਇੱਕ ਨੰਬਰ ਆ ਗਈ ਅੱਛਾ ਐ ਜਿੰਨਾ ਇਲਾਕਾ ਦੇਖਦੇ ਹੋ ਨਾ ਹਾਂਜੀ ਹਾਂਜੀ ਇਹਦੇ ਚ ਇਹਨਾਂ 100 ਪਲਾਟ ਨੂੰ ਤਾਂ 50 ਐਸੇ ਬੰਦੇ ਨੇ ਵੰਡੇ ਆ ਆ ਜਾਓ ਤੁਹਾਨੂੰ ਚਲੋ ਕੋਈ ਗੱਲ ਨਹੀਂ ਭਾਈ ਆ ਗਏ ਨੇ ਜੀ ਅਸਲਾਮ ਅਲੈਕੁਮ ਰਾਜਾ ਜੀ ਪਲਾਟ ਆਪਾਂ ਬੱਚਿਆਂ ਵਾਸਤੇ ਫਿਰ ਭਾਗ ਜਾਣ ਤੁਹਾਨੂੰ ਪਤਾ ਬਹੁਤ ਜ਼ਰੂਰੀ ਹੈ ਭਾਈ ਜਾਨ ਮੈਂ ਫੋਨ ਕੀਤਾ ਜੀ ਬੜਾ ਤੁਹਾਡੀ ਤਾਰੀਫ਼ ਕਰ ਰਹੇ ਸੀ ਮੈਂ ਬੰਦਾ ਸਾਰੀ ਜ਼ਿੰਦਗੀ ਨਾ ਜਿਹੜਾ ਸਾਡਾ ਕੰਮ ਆ ਨਾ ਜੀ ਇਹ ਇਤਮਾਦ ਵਾਲਾ ਕੰਮ ਬਿਲਕੁਲ ਇਹਦੇ ਚ ਦੋ ਨੰਬਰ ਬੰਦਾ ਇੱਕ ਦਿਹਾੜੀ ਨਹੀਂ ਕੱਢ ਸਕਦਾ ਨਾ ਜੀ ਨਾ ਨਹੀਂ ਕੱਢ ਸਕਦਾ ਇਹਦੇ ਚ ਮੈਨੂੰ ਦੇਖੋ ਤੁਸੀਂ 35 ਸਾਲ ਹੋ ਗਏ ਵਾਹ ਇਸ ਗੱਲ ਤੇ ਮੁਤਮਿਨ ਸੀ ਯਾਰ ਜਿਹੜਾ ਮੈਂ ਚਾਹੁੰਦਾ ਸੀ ਨਾ ਕਿ ਬੰਦਾ ਅੱਜ ਕੱਲ ਦੌਰ ਤੁਹਾਨੂੰ ਪਤਾ ਜੋ ਚੱਲ ਰਿਹਾ ਤੇ ਬਾਅਦ ਚ ਪਤਾ ਲੱਗਦਾ ਜੀ ਇੱਥੇ 30 ਸਾਲ ਬਿਜਲੀ ਨਹੀਂ ਆਈ ਮੁਤਮਿਨ ਹੋ ਕੇ ਪਟਵਾਰੀਆਂ ਨੂੰ ਦਿਖਾ ਲੋ ਹਰ ਸ਼ੈ ਕਲੀਅਰ ਕਰ ਲੋ ਜਿਹੜੇ ਤੁਸੀਂ ਕਲੀਅਰ ਹੋ ਗਏ ਨਾ ਜੀ ਉਦੋਂ ਆਪਾਂ ਕਹਿਣਾ ਜੀ ਬਿਸਮਿਲਲਾ ਕਰ ਦਿਓ ਜੀ ਕੀ ਆਖਿਆ ਸੀ ਜੀ ਤੁਹਾਨੂੰ ਨਹੀਂ ਮੈਂ ਬੰਦੇ ਹੈ ਕਿ ਨਹੀਂ ਇੱਕ ਨੰਬਰ ਮੈਂ ਜ਼ਿਹਨੀ ਤੌਰ ਤੇ ਰਾਣਾ ਸਾਹਿਬ ਮੁਤਮਿਨ ਹੋ ਗਿਆ ਸ਼ੁਕਰੀਆ ਇਸ ਇਲਾਕੇ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਨਾ ਵੀ ਅਗਰ 100 ਘਰ ਬਣਿਆ ਨਾ ਜੀ ਜੀ ਤੇ ਅੱਲਾ ਦੀ ਰਹਿਮਤ ਦੇ ਨਾਲ 60-70 ਪਲਾਟ ਜਿਹੜੇ ਆ ਰਾਣਾ ਸਾਹਿਬ ਦੇ ਵੰਡੇ ਆ ਮਾਸ਼ਾਅੱਲਾ ਮਾਸ਼ਾਅੱਲਾ ਲਓ ਜੀ ਆਹ ਦੇਖੋ ਹੁਣ ਤੁਸੀਂ ਹਾਂਜੀ ਤੇ ਆਹ ਜਿਹੜਾ ਪਲਾਟ ਆ ਨਾ ਜੀ ਇਹ ਪਲਾਟ ਮੈਂ ਸਾਂਭ ਕੇ ਰੱਖਿਆ ਸੀ ਪਿਛਲੇ ਗੱਲ ਸੋਚੀ ਮੈਂ ਕਿਹਾ ਯਾਰ ਸਾਰੀ ਜ਼ਿੰਦਗੀ ਉੱਥੇ ਮਜ਼ਦੂਰੀਆਂ ਕਰਕੇ ਪਰਾਈਆਂ ਤੇ ਭਾਜੀ ਤੁਹਾਡੇ ਆਹ ਪਿਆਰ ਹੀ ਹੁੰਦਾ ਜਿਹੜਾ ਸਾਨੂੰ ਖਿੱਚ ਲਿਆਉਂਦਾ ਜੀ ਤੇ ਇਹ ਗੌਰੀ ਸਾਹਿਬ ਏਦਾਂ ਹੀ ਆ ਜਿੱਦਾਂ ਆਪਣਾ ਪਿਆਰ ਨੀ ਜੀ ਏਦਾਂ ਹੀ ਆ ਜਿੱਦਾਂ ਤੁਸੀਂ ਮੈਨੂੰ ਕੋਈ ਮਕਾਨ ਪਲਾਟ ਲੈ ਕੇ ਦਿੱਤੇ ਹੈ ਨਾ ਇਹ ਮੇਰੇ ਤੋਂ ਵੱਧ ਕੇ ਪਿਆਰ ਕਰਨਾ ਇਹਨਾਂ ਨਾਲ ਮਿਹਰਬਾਨੀ ਸਮਝ ਲਓ ਕਿ ਸੱਪ ਸੀਗਾ ਪਟਾਰੀ ਚ ਡੱਕਿਆ ਆ ਠੀਕ ਹੈ ਜਿਹੜਾ ਬੜੀ ਦੁਨੀਆ ਨੇ ਮੈਨੂੰ ਕਿਹਾ ਯਕੀਨ ਮੈਨੂੰ ਗੌਰੀ ਸਾਹਿਬ ਮੈਨੂੰ ਬੰਦਿਆਂ ਨੇ ਇਹ ਕਿਹਾ ਕਿ 5 ਲੱਖ ਰੁਪਏ ਮਰਲਾ ਬਹੁਤ ਆ ਲੈ ਮੈਂ ਕਿਹਾ ਨਾ ਮੈਂ ਪਲਾਟ ਜਿਹੜਾ ਨਾ ਕਮਰੇ ਸ਼ਮਰੇ ਬਣੇ ਹੋਣ ਉਹ ਮੇਰੀ ਜ਼ਿੰਮੇਵਾਰੀ ਠੇਕੇਦਾਰ ਆਪਣੇ ਛੱਡ ਦਿਓ ਰੇਤ ਬੱਜਰੀ ਆਪਣੀ ਲੇਕਿਨ ਮੈਂ ਬੱਚਿਆਂ ਨੂੰ ਸ਼ਿਫਟ ਕਰਕੇ ਜਾਣਾ 3 ਮਹੀਨੇ 3 ਮਹੀਨਿਆਂ ਦੇ ਵਿੱਚ ਆ ਤੁਹਾਡਾ ਜਿਹੜਾ 10 ਮਰਲੇ ਆ ਇਹ ਇੰਜ ਸ਼ਿਫਟ ਸਮਾਨ ਲੱਗਾ ਹੈਗਾ ਬੱਚੇ ਰਹਿੰਦੇ ਹੋਣਗੇ ਵੀਡੀਓ ਕਾਲ ਤੇ ਤੁਹਾਨੂੰ ਕਹਿਣਗੇ ਆਬੂ ਜੀ ਦੇਖੋ ਬੈਡਰੂਮ ਕਿੰਨਾ ਸੋਹਣਾ ਤੁਸੀਂ ਕਹਿਣਾ ਬਾਜੀ ਵਾ ਰਾਣਾ ਸਾਹਿਬ ਤੁਸੀਂ ਮੈਨੂੰ ਫੋਨ ਕਰੋ ਲੇਕਿਨ ਇਹ ਹੈ ਕਿ ਪਿੱਛੇ ਤੋਂ ਬੱਚੇ ਨਿਕਲੇ ਕਿ ਉਹਨਾਂ ਨੇ ਕਿੱਥੇ ਐਡਾ ਮੈਂ 2 ਮਹੀਨੇ ਦਵਾਸੇ ਤੁਸੀਂ ਆਏ ਹੋਣਾ 2 ਮਹੀਨੇ ਤੁਸੀਂ ਇੱਥੇ ਰਹੋ ਬੰਦ ਆਪਣੀ ਅੱਖੀ ਵੇਖੋ ਉੱਥੇ ਜਾ ਕੇ ਮਹੀਨਾ ਮੈਂ ਮਹੀਨਾ ਗਏ ਮਹੀਨਾ 1 ਮਹੀਨਾ ਹਾਂਜੀ 1 ਮਹੀਨੇ 'ਚ ਦੋਨੋਂ ਲੈਂਟਰ ਪੈ ਜਾਣਗੇ ਹੈਲੋ ਛੱਡ ਦਿਓ ਤੁਸੀਂ ਗੱਲਾਂ ਤੁਸੀਂ ਆਰਡਰ ਲਾਉਣਾ ਉਧਰੋਂ ਪੂਰਾ ਹੋ ਜਾਣਾ ਬਸ ਇੰਨਾ ਹੀ ਕੰਮ ਹੈ ਮਰਲਾ ਕੀ ਇੱਥੇ ਨੂੰ ਮਰਲਾ ਦੇਖੋ ਜੀ ਇੱਥੇ ਇਸ ਜਗ੍ਹਾ ਤੇ ਚੱਲਣ ਡਿਆ 14 ਲੱਖ ਨੂੰ2 ਲੱਖ ਮਿਲ ਜਾਵੇ ਨਾ ਤੁਸੀਂ ਸਿਰਫ ਬਿਆਨਾ ਹੱਥ ਚ ਫੜੋ
ਉਹ ਤੋਂ ਬਾਅਦ ਬਿਆਨਾ ਤੇ ਕੋਲਾ ਲੈ ਕੇ ਆਇਆ ਬੈਗ ਦੇ ਵਿੱਚ ਪੈਸੇ ਆ ਭਾਜੀ ਹੁਣ ਗੌਰੀ ਸਾਹਿਬ ਵਾਸਤੇ ਮੈਨੂੰ ਦੱਸੋ ਕੀ ਬਿਹਤਰ ਆ ਉਹਨਾਂ ਨੂੰ ਆਪਾਂ ਕਿਹੜਾ ਪਲਾਟ ਦੇਣਾ ਦੇਖੋ ਜੀ ਇਸ ਤੋਂ ਅੱਛਾ ਪਲਾਟ ਤੇ ਕੋਈ ਨਹੀਂ ਹੈਗਾ ਪਲਾਟ ਮੇਰੇ ਕੋਲ 70-80 ਨੇ ਵੱਡੀਆਂ ਵੱਡੀਆਂ ਕਲੋਨੀਆਂ 'ਚ ਨੇ ਜਿੱਥੇ 30-30 ਲੱਖ ਨੂੰ ਮਰਲਾ ਹੈ ਪਰ ਇਸ ਤੋਂ ਅੱਛਾ ਪਲਾਟ ਕੋਈ ਨਹੀਂ ਨਹੀਂ ਤੇ ਕੋਈ ਜਨਰਲ ਸਟੋਰ ਕੋਈ ਇੱਧਰ ਕੋਈ ਦਿਸ਼ਵਾਰੀ ਇੱਥੇ ਕਿਉਂਕਿ ਮੈਂ ਜਦੋਂ ਗੱਡੀ ਤੋਂ ਜੋ ਆਪਾਂ ਅੰਦਰ ਇੰਨ ਹੋਏ ਆ ਨਾ ਮੈਂ ਦੁਕਾਨ ਕੋਈ ਨਹੀਂ ਵੇਖੀ ਕੋਈ ਸ਼ਾਪ ਨਹੀਂ ਵੇਖੀ ਹੈਗੀ ਉਹ ਗੌਰੀ ਸਾਹਿਬ ਮੈਂ ਤੁਹਾਨੂੰ ਲੈ ਕੇ ਉਧਰੋਂ ਦੀ ਆਇਆ ਜਾਵਾਂ ਇਹ ਰਸਤਾ ਉਹਦੀ ਬਈ ਉਹ ਤਾਂ ਰਸ਼ ਬਹੁਤ ਹੈ ਮੈਂ ਜਦੋਂ ਗੱਡੀ ਤੋਂ ਉਤਰਿਆ ਨਾ ਰਾਣਾ ਸਾਹਿਬ ਮੈਂ ਨਾ ਕੋਈ ਦੁਕਾਨ ਵੇਖੀ ਹੈ ਨਾ ਕੋਈ ਸਕੂਲ ਵੇਖਿਆ ਹੈ ਠੀਕ ਹੈ ਕਿਉਂਕਿ ਬੱਚਿਆਂ ਦੀ ਤਾਲੀਮ ਦਾ ਮਸਲਾ ਵੀ ਹੈਗਾ ਦੂਸਰੀ ਗੱਲ ਹੈਗੀ ਹੈ ਬੱਚੇ ਤੇ ਨਿੱਕੇ ਨਿੱਕੇ ਹੈਗੇ ਆ ਐਡੀ ਉਮਰ ਤਾਂ ਹੈ ਹੀ ਨਹੀਂ ਵੀ ਜਿਹੜੇ ਮਚੋਰ ਹੈਗੇ ਜਾ ਕੇ ਬਾਹਰ ਤੁਸੀਂ ਗੌਰੀ ਸਾਹਿਬ ਸਿਆਣੇ ਬਿਆਣੇ ਬੰਦੇ ਆ ਜਿਲੇ ਨਾ ਦੁਕਾਨਾਂ ਹੋਣ ਨੇੜੇ ਤੇ ਨਿਆਣੇ ਘੜੀ ਪਿੱਛੋਂ ਅੰਮੀ ਜੀ ਦਹੀਂ 10 ਰੁਪਏ ਅੰਮੀ ਜੀ ਦਹੀਂ 20 ਰੁਪਏ ਅੰਮੀ ਜੀ ਦਹੀਂ 30 ਰੁਪਏ ਦੁਕਾਨ ਨੇੜੇ ਹੈ ਹੀ ਕੋਈ ਨਹੀਂ ਇੱਥੇ देखो मैं ये गल करना चाहना अचानक किसी बच्चे की तबीयत खराब हो जाती है मेडिसिन लैके देना हो मकसद ये है बच्चे बाहर भेजो मेडिसिन ਮੇਰੀ ਗੱਲ ਸੁਣੋ ਕੱਲ ਨੂੰ ਤੁਸੀਂ ਸਾਰੀ ਜ਼ਿੰਦਗੀ ਸੌਦੀਆਂ ਤਾਂ ਨਾ ਰਹਿਣਾ ਆਖਰ ਤੁਸੀਂ ਬੱਚਿਆਂ ਦੇ ਕੋਲ ਆਉਣਾ ਹੀ ਹੈ ਨਾ ਬਿਲਕੁਲ ਦੇਖੋ ਹੁਣ ਤੁਸੀਂ ਬੈਠੇ ਆ ਘਰ 'ਚ ਤੁਹਾਨੂੰ ਹੋ ਗਿਆ ਹਾਰਟ ਅਟੈਕ ਪਲਾਟ ਦੇ ਬਿਲਕੁਲ ਸਾਹਮਣੇ 112 ਐਂਬੂਲੈਂਸ ਨਹੀਂ ਜਿਹੜੇ ਹਸਪਤਾਲ ਲੈ ਕੇ ਜਾਂਦੇ ਉਹਨਾਂ ਦੇ ਦਫ਼ਤਰ 3 ਮਿੰਟਾਂ 'ਚ ਤੁਹਾਨੂੰ ਹਲੇ ਪਹਿਲਾ ਹਾਰਟ ਅਟੈਕ ਹੋਣਾ ਅੱਧੀ ਰਾਤ ਨੂੰ ਕੋਈ ਕੰਮ ਕੋਈ ਮਹਿਮਾਨ ਆ ਜਾਂਦਾ ਕੋਈ ਕੋਲਡ ਡਰਿੰਕ ਮੰਗਾਉਣੀ ਹੁੰਦੀ ਅੱਧੀ ਰਾਤ ਨੂੰ ਨਾ ਜੀ ਕਿਸੇ ਨੇ ਤੇ ਆਉਣਾ ਹੀ ਨਹੀਂ ਅੱਧੀ ਰਾਤ ਨੂੰ ਪੁੱਛੋ ਕਿਉਂ ਆਉਂਦਾ ਹੀ ਨਹੀਂ ਇੱਥੇ ਅੱਧੀ ਰਾਤ ਨੂੰ ਕੋਈ ਵੀ ਨਹੀਂ ਆਉਂਦਾ ਉਹਦੀ ਵਜ੍ਹਾ ਇਹ ਆ ਕਿ ਐਸ ਕਿਸਮ ਦੀ ਗੌਰੀ ਸਾਹਿਬ ਇੱਥੇ ਡਕੈਤੀ ਹੁੰਦੀ ਹੈ ਨਾਲੇ ਪੈਸੇ ਵੀ ਖੁੰਦੇ ਨੇ ਨਾਲੇ ਬੰਦੇ ਨੂੰ ਗੋਲੀ ਵੀ ਮਾਰ ਜਾਂਦੇ ਰੋਲੇ ਕੋਈ ਐਸ ਲੱਗੇ ਜੀ ਬਿਆਨਾ ਕੱਢ ਅੱਜ ਤੇ ਮੈਂ ਮਕਾਨ ਲੈਣ ਲੱਗਾ ਹਾਂਜੀ ਆਜੋ ਆਜੋ ਮੈਂ ਕਹਿੰਦਾ ਬਿਆਨਾ ਕੱਢ ਗਿਆ ਅੱਜ ਉਹ ਯਾਰ ਬਿਆਨਾ ਕਿਤੇ ਖੁਸਰੇ ਬੁੱਕ ਕਰਨ ਨੇ ਆਇਆ ਮੈਂ ਵੀ ਮੈਂ ਉਹਨਾਂ ਨੇ ਇਹ ਗੱਲ ਕਰਨਾ ਚਾਹ ਰਿਹਾ ਉਹ ਕਹਿੰਦੇ ਡਕੈਤੀ ਹੁੰਦੀ ਹੈ ਤੇ ਇਸ ਕਿਸਮ ਦੀ ਹੁੰਦੀ ਹੈ ਮੈਂ ਕਹਿੰਦਾ ਬੰਦਾ ਗੱਲ ਯਾਰ ਗੱਲ ਤਾਂ ਉਹਨਾਂ ਨਾਲ ਪਹਿਲਾਂ ਮੈਨੂੰ ਪੂਰੀ ਕਰ ਲੈਂਦੇ ਮੌਕੇ ਦਾ ਪਲਾਟ ਆ ਮੌਕੇ ਦਾ ਪਲਾਟ ਆ ਤੇ ਮੈਂ ਉਹ ਡਕੈਤੀ ਦੇ ਬਾਰੇ ਮੈਨੂੰ ਤਾਂ ਉਹਨੇ ਬਿਲਕੁਲ ਹੀ ਸ਼ਾਰਟ ਕਰ ਦਿੱਤਾ ਹੈ ਮੈਂ ਤਾਂ ਹੁਣ ਵੀ ਪੈਸੇ ਥੋੜੇ ਜਿਹੇ ਲੈ ਕੇ ਆਇਆ ਐਡਵਾਂਸ ਅਗੇ ਡਕੈਤੀ ਜਾਣਾ ਵੀ ਹੁੰਦਾ ਹੈ ਟਾਈਮ ਦੇ ਨਾਲ ਆਪਣਾ ਇੱਥੇ ਕਿਤੇ ਲਾਗੇ ਸਕੂਲ ਵੀ ਹੈ ਜੀ ਇੱਥੇ ਸਹੂਲਤਾਂ ਐਸਾ ਕੋਈ ਸਹੂਲਤਾਂ ਆਪਾਂ ਪੁੱਛਦੇ ਸਕੂਲ ਹਾਂਜੀ ਸਕੂਲ ਜਿਹੜਾ ਨਾ ਸਕੂਲਾਂ ਵਾਲਾ ਮਾਮਲਾ ਹਾਂਜੀ ਇਹਦਾ ਪੜੇ ਲਿਖੇ ਜਾਹਲ ਨੇ ਲੋਕ ਆ ਗੱਲ ਤੇ ਠੀਕ ਗੱਲ ਬੰਦੇ ਨੂੰ ਅਕਲ ਹੋਣੀ ਚਾਹੀਦੀ ਹੈ ਪੜ੍ਹਾਈ ਜ਼ਰੂਰੀ ਪੜ੍ਹਾਈ ਕੀ ਹੁੰਦੀ ਹੈ ਪੜ੍ਹਾਈ ਕੁਛ ਨਹੀਂ ਹੁੰਦੀ ਹੁਣ ਸਕੂਲ ਇੱਥੋਂ ਹੈਗਾ ਆ ਕੋਈ ਘੱਟ ਤੋਂ ਘੱਟ 35-40 ਕਿਲੋਮੀਟਰ ਜਿਹੜਾ ਪਲਾਟ ਮੈਨੂੰ ਲਿਆ ਕੇ ਦੇਣਾ ਇਹ ਤੋਂ 35-40 ਤੇ ਇਹ ਦੇਖੋ ਨਿਆਣਾ ਜਾਊਗਾ ਥੱਕੂਗਾ ਰਸਤੇ 'ਚ 100 ਚੰਗਾ 100 ਮਾੜਾ ਗਲਤ ਸੋਬਤ ਆਰਾਮ ਨਾਲ ਸਵੇਰੇ ਘਰ ਉੱਠੇ ਘਰ ਹੀ ਸੌਂ ਜਾਵੇ ਰੋਟੀ ਪਾਣੀ ਖਾ ਕੇ ਰੌਲਾ ਖਤਮ ਅਸੀਂ ਦੇਖੋ ਤੁਸੀਂ ਰਹਿਣਾ ਪ੍ਰਦੇਸ਼ 'ਚ ਅਸੀਂ ਤੁਹਾਡਾ ਖਿਆਲ ਰੱਖਣਾ ਅਸੀਂ ਨਹੀਂ ਚਾਹੁੰਦੇ ਤੁਹਾਡੇ ਬੱਚਾ ਜਿਹੜਾ ਮੇਰਾ 8ਵੀਂ 'ਚ ਪੜ੍ਹਦਾ ਦਾਖਲ ਕਰਾਇਆ ਆ ਉਹ 8 ਜਿਹੜੀਆਂ ਨਾ 8 8 ਨੂੰ ਇਹ ਸਮਝੋ ਕਿ 16 ਨੇ ਉਹ ਯਾਰ ਮੈਨੂੰ ਤੂੰ ਕਹੀ ਜਾਂਦਾ ਉਹਨਾਂ ਦੀ ਗੱਲ ਸਮਝ ਤੈਨੂੰ ਤੁਹਾਡੀ ਗੱਲ ਸਮਝ ਨਹੀਂ ਉਹ ਕਹਿ ਰਿਹਾ ਕਿ ਇੱਥੋਂ 35 ਕਿਲੋਮੀਟਰ ਤੇ ਸਕੂਲ ਆ ਨਹੀਂ ਗੱਲ ਤੁਹਾਡੀ ਠੀਕ ਹੈ ਗਲਤ ਤੇ ਮੈਂ ਯਾਰ ਕਿਦਾਂ ਕੋ ਟੈਲੀਫੋਨ ਤੇ ਬੱਚੇ ਪੜਾਉਣੇ ਆ ਗੱਲ ਇਹ ਤੁਸੀਂ ਬਿਆਨਾ ਤਾਂ ਫੜਾਉਣਾ ਅੱਜ ਬਿਆਨਾ ਮੈਂ ਦਾਰਾ ਫੜਾ ਮੈਨੂੰ 35 ਕਿਲੋਮੀਟਰ ਆ ਮੇਰੇ ਮਕਾਨ ਤੋਂ 35 ਕਿਲੋਮੀਟਰ ਆ ਯਾਰ ਮੇਰਾ ਮੁੰਡਾ 8ਵੀਂ 'ਚ ਪੜ੍ਹਨ ਲਿਆ ਆ ਠੀਕ ਹੈ ਅੱਗੋਂ ਮੈਂ ਉਹਨੂੰ 16 ਕਰਾਉਣੀ ਹੈ ਮੈਂ ਉਹਨੂੰ ਬਾਹਰ ਭੇਜਣਾ ਹੈ ਕੋਰਸ ਕਰਾਉਣਾ ਹੈ ਆਜੋ ਜੀ ਆਜੋ ਆਜੋ ਇਹ ਗੱਲ ਰਾਣ ਸਾਹਿਬ ਇਹਨਾਂ ਦੇ ਵੀ ਠੀਕ ਆ ਇਲਾਕੇ ਨੂੰ ਹਸਪਤਾਲ ਵੀ ਲੱਗਦਾ ਮਤਲਬ ਜ਼ਰੂਰਤ ਹੁੰਦੀ ਹੈ ਨਾ ਇਸ ਇਲਾਕੇ 'ਚ ਹਸਪਤਾਲ ਹੈ ਹੀ ਨਹੀਂ ਇਸ ਇਲਾਕੇ 'ਚ ਯਕੀਨ ਮੰਨੋ ਇੱਥੇ ਐਸਐਸ ਕਲਾਸ ਦੀ ਨਿੰਮ ਰਾਤ ਨੂੰ ਮੰਜੀਆਂ ਕੱਢੋ ਨਿੰਮ ਥੱਲੇ ਲੰਮੇ ਪਵੋ ਤੁਹਾਨੂੰ ਜ਼ਿੰਦਗੀ 'ਚ ਬੁਖਾਰ ਵੀ ਨਹੀਂ ਚੜਨਾ ਜਿਹਨੂੰ ਬੁਖਾਰ ਚੜ ਗਿਆ ਇੱਥੇ ਨਾਰਮਲ ਬੁਖਾਰ ਨਹੀਂ ਚੜਦਾ ਜੀ ਅੱਛਾ ਜਿਹਨੂੰ ਬੁਖਾਰ ਚੜਦਾ ਡੇਢਾ ਚੜਦਾ ਜਾਂ ਤਈਆ ਚੜਦਾ ਜਾਂ ਡੇਢ 'ਚ ਪੁਰਬਾ ਜਾਂ 3 'ਚ ਪੁਰਬਾ ਇਹ ਜਿੱਥੇ ਮਕਾਨ ਲੈ ਕੇ ਹਾਂਜੀ 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 ਯਾਨੀ ਇਹ ਤੇ ਬੁਖਾਰ ਆ ਚੜਦਾ ਜਿਹੜਾ ਤੁਸੀਂ ਦੱਸਦੇ ਹਾਂਜੀ ਹਾਂਜੀ ਹਸਪਤਾਲ ਵੀ ਹੈ ਨਹੀਂ ਇੱਥੇ ਕੋਈ ਸਹੂਲਤਾਂ ਹੀ ਸਹੂਲਤਾਂ ਨੇ ਸਿਰਫ ਬਿਸਮਿਲਲਾ ਕਰੋ ਤੁਸੀਂ ਬਸ ਮੈਨੂੰ ਸਹੂਲਤਾਂ ਯਾਰ 1 ਮਿੰਟ ਤੂੰ ਮੈਨੂੰ ਇਹ ਕਹਿਣਾ ਵੀ ਐਡਵਾਂਸ ਦੇ ਦਿਓ ਇਹਨੂੰ ਬਿਆਨਾ ਦੇ ਦਿਓ ਹਾਂਜੀ ਫੜ ਲਓ ਉਹ ਕਹਿ ਰਹੇ ਇਸ ਲਾਗੇ ਦੇ ਵਿੱਚ
ਜਿਹੜਾ ਇਲਾਜ ਹੁੰਦਾ ਨਾ ਉਹ ਨਿੰਮ ਦੇ ਥੱਲੇ ਮੰਜੀ ਡਾਉਣੀ ਪੈਂਦੀ ਆ ਜਿਹਨੂੰ ਬੁਖਾਰ ਬੁਖਾਰ ਜਿਹੜਾ ਤਈਆ ਚੜਦਾ ਤਈਏ ਤੋਂ ਅੱਗੇ ਬੁਖਾਰ ਹੀ ਖਤਮ ਹੋ ਜਾਂਦਾ ਆ ਜਿਹੜਾ ਭਾਜੀ ਗੱਲ ਕਰਨ ਡੇ ਆ ਤਈਏ ਤੋਂ ਅੱਗੇ ਤਾਂ ਬੁਖਾਰ ਹੀ ਕੋਈ ਨੀ ਹੈਗਾ ਤੂੰ ਮੈਨੂੰ ਮਕਾਨ ਲੈ ਕੇ ਦੇਣ ਡੇ ਆ ਇੱਥੇ ਤੁਸੀਂ ਇੱਕ ਮਿੰਟ ਭਾਜੀ ਤੇਰਾ ਅਸੀਂ ਗੱਲ ਕਰ ਲਈਏ ਤਈਏ ਤੋਂ ਅੱਗੇ ਮਕਾਨ ਹੀ ਨਹੀਂ ਹੈਗਾ ਕੋਈ ਵੀ मिसाल दे तौर ते 5 लाख रुपया सऊदीया च जी जी ठीक है ना ते 5 लाख ही तुहाडे बच्चे ने तुहाडी बुड्ढी ने कमा लेना इत्थे आ लो ओ मेरी बुड्ढी नूं भी कम ते लाउणा चाहुंदे किते गल माड़ी है आहो गल माड़ी ए देखो के इस इलाके च ए एडा एडा लम्मा सप्प निकलदा इस इलाके च एक सप्प जिहड़ा ना 30,000 रुपए दा विकदा है इत्थों सवेरे तुसी उठना है सब जो तू उठना है सब नरम नरम तेन लगने दस नहीं गल गलत गल गलत यार कैसा बंदा है ਬੰਦਾ ਉੱਠਦਾ ਕੋਈ ਡਬਰ ਰੋਟੀ ਖਾਂਦਾ ਬਾਗਰ ਖਾਣੀ ਕਹਿੰਦਾ ਉਹ ਸਭ ਨਰਮ ਮੈਨੂੰ ਦੇਣ ਡਿਆ ਉੱਠਦੇ ਕਹਿੰਦਾ ਤੈਨੂੰ ਸਭ ਦੇਣਾ ਹੈ ਗੱਲ ਗਲਤ ਹੈ ਬੰਦੇ ਇੱਕ ਮਿੰਟ ਯਾਰ ਗੱਲ ਅੱਗੋ ਗੱਲ ਬਣਾ ਕੇ ਨਾ ਲਾਇਆ ਕਰ ਗੱਲ ਹੋਣ ਡਈ ਹੈ ਇੱਥੇ ਐਡਾ ਸੱਪ ਆ ਜਿੱਥੇ ਮੈਨੂੰ ਭਾਈ ਮਕਾਨ ਲੈ ਕੇ ਦੇਣ ਡਿਆ ਮੇਰੇ ਨਿੱਕੇ ਨਿੱਕੇ ਬੱਚੇ ਆ ਕੱਲ ਨੂੰ ਬਾਹਰ ਨਿਕਲਣ ਸੱਪ ਫੜ ਕੇ ਉਹਨੂੰ ਫੜ ਕੇ ਯਾਰ ਤੂੰ ਕਿੱਦਾਂ ਦੀ ਗੱਲ ਕਰੀ ਜਾਣ ਡਿਆ ਬਾਅਦ ਚ ਫੜ ਲਾਂਗੇ ਮੈਂ ਕਹਿੰਦਾ ਬਿਆਨਾ ਫੜੋ ਨਹੀਂ ਤੂੰ ਮੈਨੂੰ ਦੱਸ ਮੈਨੂੰ ਤੂੰ ਮੈਨੂੰ ਮਦਾਰੀ ਸਮਝਿਆ ਆ ਜਾਂ ਮੈਨੂੰ ਕੀ ਸਮਝ ਕੇ ਇੱਥੇ ਲੈ ਕੇ ਆਇਆ ਇਸ ਇਲਾਕੇ ਚ ਮਕਾਨ ਲੈਣ ਵਾਸਤੇ ਸੱਪਾਂ ਦੀ ਗੱਲ ਪੈਰ ਸਾਰੇ ਦਿਨ ਚ ਇੱਕ ਦਿਨ ਚ 20 ਰੇੜੀਆਂ ਵਾਲੇ ਇੱਥੇ ਹੁੰਦੇ ਜਿਨ੍ਹਾਂ ਨੇ ਸਪੀਕਰ ਲਾਏ ਹੋਏ ਆ ਅੱਛਾ ਜੀ ਉਹ ਕਹੀ ਜਾਂਦੇ ਛੋਟਾ ਵੱਡਾ ਸੱਪ ਵਿੱਚੋਂ ਕਾਲਾ ਵਿੱਚੋਂ ਖਪਰਾ ਵਿੱਚੋਂ ਲੁੰਡੀ ਵਿੱਚੋਂ ਮਤਲਬ ਛੁਪਣਾ ਨਹੀਂ ਪੈਣਾ ਤੁਹਾਨੂੰ ਨਾ ਕੋਬਰਾ ਵਿੱਚੋਂ ਤੁਸੀਂ ਸੱਪ ਫੜਾਉਣਾ ਹੈ ਉਹਨੂੰ ਤੇ ਉਹਨੇ ਤੁਹਾਨੂੰ 20,000 ਰੁਪਏ ਫੜਾ ਦੇਣਾ ਜਿੱਦਾਂ ਦਾ ਸੱਪ ਤੇ ਜਿਹੜਾ ਵੱਡਾ ਨਾ ਐਡਾ ਮੋਟਾ ਕਾਲਾ ਓਏ ਕਿੰਨੇ ਦੇਰ ਹੋ ਗਏ 70,000 ਦਾ ਕਿੰਨੇ ਦੇਰ ਹੋ ਗਏ ਤੁਹਾਨੂੰ ਕੰਮ ਕਰਦੇ ਪ੍ਰਾਪਰਟੀ ਦਾ ਹੋ ਗਏ 35 ਸਾਲ ਤੇ ਤੁਹਾਡੇ ਕਿਤੇ ਸੱਪ ਲੜਿਆ ਲੁੜਿਆ ਨਹੀਂ ਇੱਥੇ ਕਿਸੇ ਨੇ ਤੁਹਾਨੂੰ ਕੋਈ ਸੱਪ ਨੇ ਤੁਹਾਡੀ ਬੋਟੀ ਕੱਢੀ ਨਹੀਂ ਹੈਗੀ ਐਡਾ ਤੂੰ ਵੱਧ ਵੱਧ ਕੇ ਕਹਿਣ ਡਿਆ ਵੀ ਸੱਪ ਰੇੜੀ ਦੇ ਐਦੇ ਮੈਕ ਲੈ ਕੇ ਆਉਂਦੇ ਬਿਲਕੁਲ ਸਹੀ ਕਹਿ ਰਹੇ ਤੁਹਾਡੀ ਸੁਣੀ ਗਈ ਹੈ ਜੀ ਤੁਸੀਂ ਵੀ ਸਹੀ ਕਹਿ ਰਹੇ ਹਾਂ ਬਿਲਕੁਲ ਮੈਂ ਕਹਿੰਦਾ ਬਿਆਨਾ ਫੜਾ ਓ ਯਾਰ ਬਿਆਨਾ ਮੈਂ ਕਾਹਦਾ ਫੜਾ ਲਵਾਂ ਭਾਈ ਤੂੰ ਫਿਰ ਹੱਦ ਹੋ ਗਈ ਆ ਉਹ ਭਾਈ ਕਹਿਣ ਡਿਆ ਜਿਹੜੇ ਸੱਪ ਦਿੱਤੇ ਨੇ ਤੇ ਸੱਪ ਵਿਕਦੇ ਆ ਸਪੀਕਰਾਂ ਤੇ ਇਹਨੇ ਮੈਨੂੰ ਕੀ ਸਮਝਾਇਆ ਯਾਰ ਅਗਰ ਨਹੀਂ ਗੱਲ ਗੱਲ ਰਾਂ ਸਭ ਗਾਇ ਗੱਲ ਉਹਨਾਂ ਦੀ ਵੀ ਠੀਕ ਹੈ ਉਹਨਾਂ ਦੀ ਵੀ ਠੀਕ ਹੈ ਤੂੰ ਮਿੰਟ ਕੁ ਬਾਅਦ ਫੇਰ ਮੈਂ ਪੱਖਾ ਕਰੀ ਜਾਣ ਡਿਆ ਇੱਕ ਮਿੰਟ ਯਾਰ ਗੱਲ ਕਰਨ ਦੇ ਪਹਿਲਾਂ ਉਹ ਸੱਪਾਂ ਦਾ ਧਾਰਮ ਕਰਾਉਣ ਡਿਆ ਆ ਗਲਤ ਗੱਲ ਆ ਗਲਤ ਹੈ ਇਦਾਂ ਨਹੀਂ ਹੁੰਦਾ ਲੇਕਿਨ ਤੂੰ ਇੰਨੀ ਯਾਰ ਗੱਲ ਨੂੰ ਈਜ਼ੀ ਲਿਆ ਵੀ ਜਿੱਦਾਂ ਕੋਈ ਪਤਾ ਨਹੀਂ ਕੋਈ ਮਹਿਮਾਨ ਆ ਕੋਈ ਦੋਸਤ ਆ ਨਹੀਂ ਨਹੀਂ ਉਹ ਸੱਪਾਂ ਜਿਹੜੇ ਲੜਦੇ ਆ 2 ਮਿੰਟ ਵਾਸਤੇ ਠੰਡੇ ਹੋ ਜਾਓ ਮੈਂ ਤੁਹਾਡੀ ਪਰੇਸ਼ਾਨੀ ਅਸਲ 'ਚ ਮੈਂ ਜੋ ਕੁਝ ਕਰਨ ਡਿਆ ਨਾ ਇਹਨਾਂ ਦੇ ਮੂੰਹ ਨਾਲ ਕਰਨ ਡਿਆ ਇਹਨਾਂ ਨਾਲ ਮੇਰਾ ਇਹਨਾਂ ਦੇ ਮੂੰਹ ਤੇ ਭਾਜੀ ਇਹਨਾਂ ਨੂੰ ਸੱਪਾਂ ਸੁੱਪਾਂ ਵਾਲੇ ਪਾਸੇ ਲੈ ਕੇ ਜਾਓ ਜਾਂ ਤੂੰ ਮਕਾਨ ਇੱਦਾਂ ਕਰ ਤੂੰ ਮਕਾਨ ਇੱਥੇ ਲੈ ਲਾ ਸੱਪਾਂ ਸੁੱਪਾਂ ਵਾਲੇ ਦੇ ਕੋਲ ਮੈਨੂੰ ਪੈਲੀਆਂ ਦਿਖਾਈ ਜਾਂਦਾ ਭਾਈ ਸੱਪਾਂ ਦਾ ਕਹੀ ਜਾਂਦਾ ਉੱਤੋਂ ਕਹੀ ਜਾਂਦਾ ਤਈਆ ਬੁਖਾਰ ਚੜਦਾ ਇੱਥੇ ਆਪਣੀ ਗੱਲ ਤੇ ਇੱਕ ਨਾ ਆਪਣੀ ਗੱਲ ਤੇਰੀ ਆਪਣੀ ਇੱਕ ਤੂੰ ਮੇਰੇ ਤੋਂ ਦੂਰ ਰੱਖ ਆਪਣੀ ਰੱਖੀ ਨਾ ਇਹ ਦੇਖੋ ਮੇਰੀ ਗੱਲ ਸੁਣੋ ਜੀ ਸ਼ਕੀਲ ਰਾਜਾ ਸਾਹਿਬ ਐਸੀ ਯਾਰ ਤੁਸੀਂ ਕਿੱਦਾਂ ਦਾ ਬੰਦਾ ਆ ਠੰਡੇ ਹੋ ਤੁਸੀਂ ਹੈਗੇ ਸਮਝਦਾਰ ਬੰਦੇ ਜੀ ਅਲਹਮਦੁਲਿਲਾ ਮੈਂ 20 ਬੰਦੇ ਨੇ ਮੈਨੂੰ ਸਿਫਾਰਿਸ਼ਾਂ ਪਾਈਆਂ ਪਲਾਟ ਦੇ ਦਿਓ ਮੈਂ ਨਹੀਂ ਦਿੱਤਾ ਭਾਈ ਤੂੰ ਤੈਨੂੰ 20 ਦੀ ਤੂੰ ਨਾ ਦੇ ਦੇ ਬੰਦੇ ਨੇ ਸਭ ਆਪਣੇ ਛੇਡੇ ਹੁੰਦੇ ਆ ਕੱਲ ਨੂੰ ਮੇਰੇ ਬੱਚੇ ਦੇ ਸਾਹਮਣੇ ਸੱਪ ਛੱਡ ਦੇਵੇ ਉਹਨੇ ਤੇ ਪੈਸੇ ਘਰੋਂ ਲਿਆ ਕੇ ਦੇ ਡਰਦੇ ਨੇ ਦੇਖੋ ਹੁਣ ਸਹੂਲਤ ਦੇਖੋ ਹੁਣ ਤੁਹਾਡੀ ਉਮਰ ਇਸ ਟਾਈਮ ਕੋ 50 ਸਾਲ ਦੇ ਏੜ ਗੇੜ ਹੈ ਹਾਂਜੀ ਐਦਾਂ ਹੀ ਹੈ ਨਾ ਐਦਾਂ ਹੀ ਹੈ ਜੀ ਕੱਲ ਨੂੰ ਤੁਸੀਂ ਫੌਤ ਹੋਣਾ ਇਨਸ਼ਾਅੱਲਾ ਬਿਲਕੁਲ ਤੁਹਾਡੇ ਘਰ ਦੇ ਸਾਹਮਣੇ ਕਬਰਸਤਾਨ ਕੀ ਕਿਹਾ ਤੂੰ ਆ ਇਨਸ਼ਾਅੱਲਾ ਨਹੀਂ ਮੌਤ ਪਰ ਹੱਕ ਹੈ ਨਾ ਹਰ ਬੰਦੇ ਨੇ ਮਰ ਜਾਣਾ ਤੈਨੂੰ ਆਵੇ
ਤੈਨੂੰ ਆਵੇ ਮੌਤ ਜਾਂ ਉਹਨਾਂ ਨੂੰ ਆਵੇ ਜਿਹੜੇ ਜਿਹੜਾ ਮੈਨੂੰ ਸੱਪ ਦਿਖਾਈ ਜਾਂਦੇ ਆ ਹੋਣੀ ਆ ਜੀ ਉਹ ਸਭ ਨੂੰ ਹੋਣੀ ਲੇਕਿਨ ਹੁਣ ਧਿਆਨ ਤੁਹਾਡੇ ਤੇ ਪਿਆ ਨਾ ਘਰ ਦੀ ਕੰਧ ਦੇ ਬਿਲਕੁਲ ਸਾਹਮਣੇ ਕਬਰਸਤਾਨ ਆ ਦੇਖੋ ਲਾਸ਼ ਜਿਹੜੀ ਤੁਹਾਡੀ ਲਾਸ਼ ਆ ਹਾਂਜੀ ਉਹ ਲਾਸ਼ ਮਸਜਿਦ ਤੇ ਕਿਸੇ ਡਾਲੇ ਤੇ ਲਿਜਾਣੀ ਪੈਣੀ ਹੈ 5-7000 ਰੁਪਏ ਲੱਗਣਾ ਬਹੁਤਾ ਲੱਗਦਾ ਜੀ 9500 ਰੁਪਏ ਤਾਂ ਮਨਸੂਰ ਦਾ ਲੱਗਾ ਤੇ ਇਹ ਐਦਾਂ ਹੀ ਆ ਕਿ ਇੱਥੋਂ ਚੁੱਕਣਾ ਹਾਂਜੀ ਤੇ ਆ ਕਬਰਸਤਾਨ ਆ ਤੁਹਾਡਾ ਭਲਾ ਦੇਖੋ ਤੁਹਾਡੇ ਬੱਚਿਆਂ ਦੇ ਪੈਸੇ ਬਚਣਗੇ ਕੱਲ ਨੂੰ ਭਾਜੀ ਕਬਰਸਤਾਨ ਕਿੰਨੇ ਨੂੰ ਮਰਲਾ ਜਗਾ ਆ ਉੱਥੇ ਹੀ ਮੈਂ ਲੈ ਜਾਵਾਂ ਬੱਚੇ ਇਹਨਾਂ ਦੇ ਪੈਂਡਾ ਕਰਾਉਣਾ ਸੱਪ ਲੜਾਉਣਾ ਤਈਆ ਉਹਨੂੰ ਚੜਾਉਣਾ ਆ ਮੈਨੂੰ ਦੱਸ ਦਿਓ ਉੱਥੇ ਕਿੰਨੇ ਨੂੰ ਮਰਲਾ ਆ ਮੈਂ ਡਾਇਰੈਕਟ ਕਬਰਸਤਾਨ ਹੀ ਬੱਚੇ ਲੈ ਜਾਂਦਾ ਆ ਮੈਂ ਮਹਿਮਾਨਾਂ ਨੂੰ ਵੀ ਕਹਿੰਦਾ ਕਬਰਸਤਾਨ ਆ ਜਾਓ ਭਾਜੀ ਨੇ ਮੈਨੂੰ ਜਗ੍ਹਾ ਲੈ ਕੇ ਦਿੱਤੀ ਨੁਕਰ ਵਾਲੀ ਤਿੰਨ ਦੁਕਾਨਾਂ ਵੀ ਮੈਂ ਕੱਢ ਦੂੰਗਾ ਮੁਰਦਿਆਂ ਨੂੰ ਚਲੋ ਉੱਥੇ ਕੋਈ ਸ਼ਾਪਿੰਗ ਸੈਂਟਰ ਪਾ ਕੇ ਬਹਿ ਜਾਣਗੇ ਇਹ ਆ ਕਿ ਯਾਦ ਕਰੋਗੇ ਮੈਂ ਯਾਦ ਕਰਨ ਨਿਆ ਆ ਮੈਂ ਤਾਂ ਤੈਨੂੰ ਭੁੱਲਣਾ ਹੀ ਨਹੀਂ ਭਾਈ ਉਹਨੇ ਮੈਨੂੰ ਸਹੂਲਤ ਦੇਤੀ ਆ ਵੀ ਇਹ ਕਬਰਸਤਾਨ ਆ ਤੂੰ ਇੰਜ ਕਰਕੇ ਨਾਲ ਹੀ ਕਬਰਸਤਾਨ ਆ ਗੱਲ ਠੀਕ ਹੈ ਜੇ ਹਿਸਾਬ ਨਾਲ ਇੱਥੋਂ ਸੱਪ ਨਿਕਲਦੇ ਆ ਨਾ ਤੁਸੀਂ ਸੌਦੀਆਂ ਨੂੰ ਭੁੱਲ ਜਾਣਾ ਤੁਸੀਂ ਇੱਥੇ ਹੀ ਬਹਿ ਕੇ ਸਾਰੇ ਦਿਹਾੜੀ ਫੜੀ ਜਾਇਆ ਕਰਨਾ ਵੇਚੀ ਜਾਇਆ ਕਰਨਾ ਹੁਣ ਭਾਜੀ ਬਿਆਨ ਨੇ ਬਿਸਮਿਲਲਾ ਕਰੋ ਬਿਆਨ ਓਏ ਮੱਛੀ ਦੀ ਗੱਲ ਨਹੀਂ ਕਰਦਾ ਉਹ ਮੱਛੀ ਦੀ ਗੱਲ ਨਹੀਂ ਕਰਦਾ ਵੀ ਕੋਲ ਕੋਈ ਮੱਛੀਆਂ ਆਇਆ ਤੇ ਮੈਂ ਫੜ ਫੜ ਕੇ ਵੇਚੀ ਜਾਣੀਆਂ ਸੱਪਾਂ ਦੀ ਗੱਲ ਕਰਨ ਡਿਆ ਆ ਉਹ ਮੇਰੇ ਕੋ ਆ ਸੱਪ ਨਹੀਂ ਸੰਭਿਆ ਜਾਂਦਾ ਉਹ ਮੈਂ ਕਿੱਦਾਂ ਸਾਂਭ ਲਵਾਂਗਾ ਯਾਰ ਮੌਕੇ ਦਾ ਪਲਾਟ ਆ ਹੱਥੋਂ ਨਿਕਲ ਜਾਣਾ ਭਾਜੀ ਮੈਂ ਕਹਿੰਦਾ ਸੌਦੀਆ ਤੁਸੀਂ ਨਾ ਜਾਓ ਦਫਾ ਕਰੋ ਆਪਣੀ ਡਿਊਟੀ ਨੂੰ ਇੱਥੇ ਆ ਕੇ ਆਪਣੇ ਬੱਚਿਆਂ ਦੇ ਕੋਲ ਰਵੋ ਉਹ ਭਾਈ ਮੈਂ ਉੱਥੇ ਬੜੀ ਅੱਛੀ ਨੌਕਰੀ ਕਰਨ ਡਿਆ ਆ ਮੇਰੇ ਅੱਛੀ ਤਨਖਾਹ ਆ ਮੈਂ ਆਪਣੇ ਬੱਚਿਆਂ ਨੂੰ ਮਕਾਨ ਲੈ ਕੇ ਦੇਣਾ ਬਿਹਤਰੀਨ ਕੋਠੀ ਟਾਈਮ ਮਕਾਨ ਲੈ ਕੇ ਦੇਣਾ ਤੂੰ ਮੈਨੂੰ ਕੀ ਸਮਝਦਾ ਆ ਮੈਨੂੰ ਇਹ ਦੱਸ ਦੇ ਯਾਰ ਗੌਰੀ ਸਾਹਿਬ ਦਾ ਮਤਲਬ ਇਹ ਯਾਰ ਓਏ ਗੌਰੀ ਸਾਹਿਬ ਚਕੋਰੀ ਸਾਹਿਬ ਛੱਡ ਗੱਲ ਕਰਨ ਦੇ ਤੂੰ ਮੈਨੂੰ ਮੈਂ ਸਿਰਫ ਤੈਨੂੰ ਇਸ ਵਾਸਤੇ ਲੈ ਗਿਆ ਤੂੰ ਮੇਰਾ ਯਾਰ ਆ ਤੂੰ ਲਿਆ ਕੇ ਦੇ ਮੱਥੇ 'ਚ ਮੈਨੂੰ ਲਾਦਾ ਆ ਇੱਕ ਨੰਬਰ ਆ ਦੇਖੋ ਇੱਕ ਨੰਬਰ ਆਦਮੀ ਆ ਸਭ ਇੱਕ ਨੰਬਰ ਆ ਦੇਖੋ ਜੀ ਪਲਾਟ ਦਾ ਦਿਓ ਬਿਆਨਾ ਅੱਛਾ ਜੀ ਪਲਾਟ ਲਵੋ ਦਫਾ ਕਰੋ ਪ੍ਰਦੇਸ਼ ਨੂੰ ਥੋੜਾ ਕੱਟ ਲਿਆ ਠੀਕ ਹੈ ਜੀ ਇੱਥੇ ਆਓ ਮੇਰਾ ਇੱਕ ਡਾਕੂ ਆ ਵਾਕਫ ਆ ਇੱਥੇ ਆਹ ਉਹਨੂੰ ਕਹਿੰਦੇ ਮੇਰੇ ਪੈਸੇ ਲੈ ਜਾ ਨਹੀਂ 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 ਅਸਰ ਉਹਦਾ ਲੈ ਜਾ ਪੈਸੇ ਡਾਕਟਰ ਵਾਕਫ ਨਾ ਲੈ ਜਾ ਪੈਸੇ ਜੇ ਉਹਨੂੰ ਕਹ ਡਾਕੂ ਦਾ ਪੈਸੇ ਲੈ ਜਾ ਤੁਹਾਨੂੰ ਮੈਂ ਪੁਆਣਾ ਡਾਕੂ ਦਾ ਸ਼ਗਿਰਦ ਤੇ ਆਰਾਮ ਨਾਲ ਇੱਥੇ ਰਾਤ ਨੂੰ ਟਿਕੇ ਡਾਕੂ ਹੈ ਜੇ ਮੈਂ ਬਾਵਾ ਬੰਨਣ ਡਿਆ ਵੇਖ ਤੁਸੀਂ ਭਾਈ ਇਹ ਮੈਨੂੰ ਸ਼ਗਿਰਦ ਉਹਦਾ ਕਰਾਉਣ ਡਿਆ ਯਾਰ ਡਾਕੂ ਦਾ ਸ਼ਗਿਰਦ ਕਰਵਾਈ ਜਾਂਦਾ ਹੈ ਅੱਛਾ ਗੱਲਾਂ ਆਪਾਂ ਕਰੀਏ ਬਿਆਨਾ ਬਿਸਰ ਉਹ ਬਿਆਨਾ ਕਹਾਂ ਦੇ ਨਾ ਮੈਂ ਗੁਆਲ ਬੁੱਕ ਕਰਨ ਡਿਆ ਯਾਰ ਵੀ ਮੇਰੇ ਦਾਦੇ ਦਾ ਮੇਲਾ ਆ ਮੈਂ ਕਿਬਰੀਆ ਗਵਾਲ ਨੂੰ ਲੈਣ ਆਇਆ ਇੱਥੇ ਗੱਲ ਤੁਹਾਡੀ ਉਹਨਾਂ ਦੀ ਠੀਕ ਆ ਗੱਲ ਜੀ ਉਹਨਾਂ ਦਾ ਬਣਦਾ ਵਾ ਇਹ ਹੀ ਕਹੀ ਆ ਨਾਲ ਬਿਆਨਾ ਦਿਓ ਬਿਆਨਾ ਦਿਓ ਦਿਓ ਪੈਸੇ ਹਾਂ ਮੇਰੇ ਵੀ ਰਜਿਸਟਰੀ ਲਿਓ ਪੈਸੇ ਕੋਈ ਰਜਿਸਟਰੀ ਨਹੀਂ ਮੈਂ ਕਰਾਉਣੀ ਹੈਗੀ ਮੇਰੇ ਤੋਂ ਮੁਫਤ ਦਾ ਮੈਂ ਇਦਾਂ ਦੀ ਜਗ੍ਹਾ ਤੇ ਨਹੀਂ ਲਾਗੇ ਥਾਣਾ ਛਾਣਾ ਲੱਗਦਾ ਕੋਈ ਉਹ ਥਾਣਾ ਲੱਗਦਾ ਉੱਥੇ ਕੀ ਗੱਲ ਆ ਹੈ ਉਹਨੇ ਸਹੂਲਤ ਦੀ ਗੱਲ ਮੇਰੇ ਕੇਸ ਤੇ ਚਰਸ ਬਾਜ਼ਾਰ ਵਿੱਚ ਪਾਈ ਆ ਮੈਂ ਥਾਣਾ ਲੱਗਦਾ ਆ ਵੀ ਮੈਂ 2 ਨੰਬਰ ਬੰਦਾ ਆ ਸੀਤ ਥਾਣਾ ਸਕੂਲ ਵੇਖਣਾ ਪੈਂਦਾ ਨਾ ਸਾਰਾ ਇੱਥੋਂ ਥਾਣਾ ਵੀ ਬਹੁਤ ਦੂਰ ਆ ਇੱਥੇ ਤੇ ਬੰਦਾ ਫੜ ਕੇ ਬੈਠ ਕੇ ਦਿੰਦੇ ਆ ਸਮਝ ਲੱਗੀ ਕਿ ਨਹੀਂ ਇੱਥੇ ਦੇ ਕੇ ਤੇ ਇੱਥੇ ਹੀ ਫੈਸਲਾ ਹੁੰਦਾ ਥਾਣਾ ਨਹੀਂ ਹੈਗਾ ਜੀ ਥਾਣਾ ਨਹੀਂ ਇਸ ਇਲਾਕੇ 'ਚ ਥਾਣਾ ਅੱਜ ਥਾਣੇ ਵਾਲਾ ਰੌਲਾ ਹੀ ਨਹੀਂ ਰੱਖਿਆ ਐਮਐਨਏ ਐਮਪੀ ਦੀ ਸਿਫਾਰਿਸ਼ਾਂ ਪਾਓ ਜੇ ਥਾਣੇ ਕੋ ਰੌਲਾ ਪੈ ਗਿਆ ਹਰ ਬੰਦੇ ਨੇ ਆਪਣੀ ਆਪਣੀ ਡਾਂਗਾ ਡਾਂਗਾ ਸੋਟੇ ਘਰ ਰੱਖੇ ਹੋਏ ਅੱਛਾ ਜੀ ਜਿਹੜਾ ਕੋ ਰੌਲਾ ਹੁੰਦਾ ਗਲੀ 'ਚ ਨਿਕਲਦੇ ਉਹਨਾਂ ਦਾ ਸਿਰ ਪੜਦਾ ਉਹ ਉਹਨਾਂ ਦੇ ਸਿਰ ਪੜਦਾ ਚਲ ਅੱਜ ਲਈ ਮੈਂ ਪਰ ਰਣ ਸਾਹਿਬ ਤੁਹਾਨੂੰ ਦੱਸਦਾ ਤੁਹਾਨੂੰ ਪਲਾਟ ਦਾ ਨਾ ਮੈਂ ਤੁਹਾਨੂੰ ਸਲਾਹ ਲਾ ਕੇ ਨਾ ਆਪਣੇ ਬੱਚੇ ਹੈ ਨਾ ਦੇ ਬਿਆਨਾ ਦੇ ਜਾਓ ਥੋੜਾ ਜਿਹਾ ਉਹ ਰਿਆਨਾ ਬਿਆਨਾ ਹਜੇ ਤਾਂ ਗੱਲ ਹੋਣ ਹੀ ਲਈ ਉਹਦੇ ਨਾਲ ਯਾਰ ਮੈਂ ਕਹਿੰਦਾ ਕੋਈ ਲੱਖ 50 ਗਾਣਾ ਮੈਂ ਦੇ ਦੇਵਾਂ ਲੱਖ 50 ਰੁਪਈਆ ਪੈਸੇ ਮੁਫਤ ਦੇ ਮੈਂ ਲੈ ਗਿਆ ਆ ਕਦੀ ਉਹ ਮੈਨੂੰ ਸੱਪ ਦੱਸਦਾ ਕਦੀ ਤਈਆ ਦੱਸਦਾ ਕਦੀ ਕਹਿੰਦਾ ਡਾਕੂ ਨਾਲ ਸ਼ਗਿਰਦ ਹੋ ਜਾ ਗੱਲ ਉਹਨਾਂ ਦੀ ਠੀਕ ਹੈ ਕਿ ਬਿਲਕੁਲ ਨਹੀਂ ਤੁਸੀਂ ਉੱਥੇ ਨੌਕਰੀ ਛੱਡ ਕੇ ਹੋ ਜਾਓ ਸ਼ਗਿਰਦ ਚੰਗੇ 6 ਮਹੀਨੇ ਤੁਸੀਂ ਕੰਮ ਸਿੱਖਣਾ ਡਕੇਤੀਬਾਜ਼ੀ ਦਾ ਅੱਛਾ ਜੀ ਉਸ ਤੋਂ ਬਾਅਦ ਤੁਸੀਂ ਬਣੇ ਬਣਾਏ ਹੋਰ ਕੀ ਚਾਹੀਦਾ ਉਹ ਮੈਨੂੰ ਹੋਰ ਦਾ ਮੈਨੂੰ ਹੋਰ ਵੀ ਮੈਨੂੰ ਨਾ ਮੈਨੂੰ ਇਦਾਂ ਨਾ ਮੈਂ ਤੇ ਦਮ ਕਰ ਮੇਰੀ ਅੱਖ ਮੇਰੇ ਘਰ ਖੁੱਲੇ ਭਾਜੀ ਤੁਸੀਂ ਉਦਾਂ ਨਾ ਮੇਰੇ ਕੋ ਪੈਸੇ ਲੈ ਲਓ 2000 ਰੁਪਈਆ ਠੀਕ ਹੈ ਮੈਨੂੰ ਬਾਹਰ ਦਾ ਰਸਤਾ ਦੱਸ ਦਿਓ ਕਿੱਧਰ ਨੂੰ ਨਿਕਲ ਨਹੀਂ ਪਲਾਟ ਤਾਂ ਤੁਹਾਨੂੰ ਦੇਤਾ ਹੁਣ ਮੈਂ ਹੈ ਦੇਤਾ ਨਹੀਂ ਮੈਂ ਨਹੀਂ ਲੈਣਾ ਨਹੀਂ ਨਹੀਂ ਦੇਤਾ ਲੈ ਵੀ ਤੂੰ ਦੇਤਾ ਯਾਰ ਦੇਤਾ ਹੱਦ ਹੋ ਗਈ ਆ ਮੁਬਾਰਕ ਹੋਵੇ ਖੈਰ ਮੁਬਾਰਕ ਖੈਰ ਲੈ ਮੁਬਾਰਕ ਹੋਵੇ ਇਹਨੂੰ ਮੁਬਾਰਕ ਦਿਓ ਨਸੀਬਾਂ ਦੇ ਆ ਜਾ ਯਾਰ ਕੰਮ ਕਰ ਜਾ ਕੇ ਮੈਂ ਤੇਰੇ ਮੂੰਹ ਵੱਲ ਵੇਖੀ ਜਾਣ ਡਿਆ ਆ ਤੂੰ ਮੈਨੂੰ ਬਿਆਨਾ ਦੇ ਬਿਆਨ ਕਰਾਂ ਮੈਂ ਬਿਆਨਾ ਦਵਾਂ ਮੈਂ ਸਮਝ ਲਓ ਮੈਂ ਤੂੰ ਜਾ ਕੇ ਆਪ ਦੇ ਇਹਨੂੰ ਬਿਆਨਾ ਲਓ ਜੀ ਭਾਜੀ ਮੁਬਾਰਕ ਹੋਵੇ ਮੁਬਾਰਕ ਕਾਦੀ ਕੀ ਗੱਲ ਆ ਇੱਥੇ ਮੁੰਡਾ ਹੋ ਗਿਆ ਮੇਰੇ ਆਪਣੇ ਘਰ ਲਾ ਮਿਸਤਰੀ ਯਾਰ ਤੈਨੂੰ ਕੱਲ ਦੇਣਾ ਯਾਰ ਮੈਂ
ਗੱਲ ਕਰਨ ਡਿਆ ਆ ਉਹ ਕਿਹੜਾ ਮੌਕੇ ਦਾ ਮਕਾਨ ਆ ਕਿਹੜਾ ਇਹਨੂੰ ਲਾੜੀਆਂ ਦਾ ਲੱਗਣ ਡਿਆ ਆ ਕਿਹੜੀ ਨਾਲਗਲੀ ਲੱਗਣ ਡਈ ਦੱਸ ਮੈਨੂੰ ਵੀ ਆਹ ਦਰਖਤ ਘੈਂਟਾ ਘਰ ਆ ਉਹ ਜਿਹੜਾ ਆ ਆਹ ਕਚਹਿਰੀ ਬਾਜ਼ਾਰ ਆ ਇਹਨੂੰ ਕੱਖ ਵੀ ਨਹੀਂ ਲੱਗਦਾ ਹੈਗਾ ਇਹ ਕੁਛ ਵੀ ਨਹੀਂ ਮਕਾਨ ਪਲਾਟ ਨੇ ਸੁਰਮਾ ਪਾ ਲਿਆ ਹੈ ਜਾਂ ਪਲਾਟ ਨੇ ਫੌਰੀ ਵਾਲ ਪਾ ਲਿਆ ਮੈਨੂੰ ਸੋਹਣਾ ਲੱਗਣ ਲੱਗ ਪਿਆ ਪਲਾਟ ਰਜਿਸਟਰੀ ਸਵੇਰੇ ਹੋ ਜਾਊ ਜੀ ਅੱਧੇ ਘੰਟੇ ਚ ਨਹੀਂ ਭਾਜੀ ਮੈਂ ਕਰਾਉਣੀ ਨੀ ਮੈਂ ਨੀ ਕਰਾਉਣੀ ਰਜਿਸਟਰੀ ਮਕਾਨ ਨੀ ਅਸੀਂ ਲੈਣਾ ਭਾਜੀ ਪਾਣੀ ਪੂਣੀ ਪੀਂਦੇ ਜਾ ਪਾਣੀ ਪੀਣੇ ਸਾਨੂੰ ਜਲੂਸ ਚੋਂ ਕੱਢਿਆ ਤੈਨੂੰ ਵੇਖ ਕੇ ਸਾਨੂੰ ਇੰਜ ਲੱਗਦਾ ਵੀ ਅਸੀਂ ਪਤਾ ਨੀ ਵੀ ਹਫ਼ਤਾ ਰਹਿਣਾ ਕਿ ਨਹੀਂ ਰਹਿਣਾ ਚੱਲ ਲੈ ਰੋਟੀ ਖਾ ਲੈਣੀ ਤੂੰ ਖਾ ਕੇ ਤਾਂ ਮੰਗ ਕੇ ਇੱਥੇ ਖਾ ਕੇ ਤਾਂ ਸਦਕਾ ਲੈ ਜਿਸ ਇਲਾਕੇ 'ਚ ਰਹਿੰਦਾ ਤੂੰ ਕਿਤੇ ਜਾ ਤੈਨੂੰ ਕਿਸੇ ਦੀ ਆਈ ਆਵੇ ਮਕਾਨ ਦੇਣ ਡਿਆ ਮੈਨੂੰ ਤੂੰ ਪਲਾਟ ਸੋਹਣਾ ਇੱਥੇ ਰਹਿ ਫਿਰ ਇੱਥੇ ਰਹਿ ਬਹਿ ਜਾ ਇੱਥੇ ਬਹਿ ਇਸ ਪਲਾਟ ਦੇ ਵਿੱਚ ਬਹਿ ਜਾ ਇਸ ਪਲਾਟ ਦੇ ਵਿੱਚ